ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਹੈਰੋਇਨ ਦੇ ਹਥਿਆਰ ਬਰਾਮਦ ਕੀਤੇ ਹਨ। ਐਸਪੀ ਜਗਜੀਤ ਸਿੰਘ ਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਪੁਲਿਸ ਨੇ ਦੋ ਵਿਅਕਤੀਆਂ ਕੋਲੋਂ 55 ਗ੍ਰਾਮ ਹੈਰੋਇਨ ਅਤੇ 5 ਵੱਖ ਵੱਖ ਕਿਸਮਾਂ ਦੇ ਹਥਿਆਰ ਬਰਾਮਦ ਕੀਤੇ ਹਨ। ਦੋਸ਼ੀਆਂ ਤੋਂ ਅੱਗੇ ਪੁੱਛਗਿੱਛ ਜਾਰੀ ਹੈ। ਡੀਐਸਪੀ ਹਰੀਸ਼ ਪਹਿਲਵੀ ਪੱਤਰਕਾਰ ਸੰਮੇਲਨ 'ਚ ਮੌਜੂਦ ਸਨ। ਜਿਹੜੇ ਸੀਏ ਸਟਾਫ ਜਿਨ੍ਹਾਂ ਨੂੰ ਸੁਪਰਵਾਈਜ਼ ਕਰ ਰਹੇ ਡੀਐਸਪੀ ਜੀ ਸ਼੍ਰੀ ਹਰੀਸ਼ ਪਹਿਲ ਜੀ, ਉਹਨਾਂ ਵੱਲੋਂ ਵੱਖ ਵੱਖ ਥਾਵਾਂ 'ਤੇ ਜਿਹੜੇ ਚੈਕਿੰਗ ਅਤੇ ਨਾਕੇ ਲਗਾਏ ਗਏ ਸੀ, ਉਸੇ ਤਹਿਤ ਜਿਹੜਾ ਇੱਕ ਸਦਰ ਦੇ ਥਾਣਾ ਸਦਰ ਦੇ ਏਰੀਏ ਦੇ ਵਿੱਚ ਦੋ ਵਿਅਕਤੀ ਜਿਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ, ਇੱਕ ਵਿੱਕੀ ਬਾਬਾ ਹੈਪੀ ਬਾਬਾ ਅਤੇ ਵਿੱਕੀ ਪੱਲੀ, ਇਹ ਦੋਨੋਂ ਜਾਣੇ ਕਾਫ਼ੀ ਜਿਹੜੀਆਂ ਇੱਕ ਬਦਮਾਸ਼ੀ ਅਤੇ ਇੱਕ ਜਿਹੜਾ ਗੁੰਡਾਗਰਦੀ ਟਾਈਪ ਜਿਹੜੇ ਇਹਨਾਂ ਦਾ ਜਿਹੜਾ ਕੰਮ ਚੱਲਦੇ ਸੀਗੇ, ਵੱਖ ਵੱਖ ਜਿਹੜੇ ਲੋਕਾਂ ਦੇ ਨਾਲ ਰਲ ਕੇ ਗਰੁੱਪਸ ਦੇ ਨਾਲ ਰਲ ਕੇ ਜਿਹੜਾ ਇਹੋ ਜਿਹਾ ਕੰਮ ਕਰਦੇ ਸੀ। ਜੰਡਿਆਲੇ ਦੇ ਵਿੱਚ ਜਿਹੜੇ ਗਨ ਹਾਊਸ 'ਤੇ ਵਾਰਦਾਤ ਹੋਈ ਸੀ ਉਹਦੇ ਵਿੱਚ ਵੀ ਇਹਨਾਂ 'ਚੋਂ ਇੱਕ ਜਣਾ ਇਨਵੋਲਵ ਸੀਗਾ। ਇਹਦਿਆਂ ਕੋਲੋਂ ਸਾਨੂੰ 5 ਵੈਪਨ ਬਰਾਮਦ ਹੋਏ ਨੇ, ਜਿਹਦੇ ਵਿੱਚ ਇੱਕ ਬੱਤੀ ਬੋਰ ਦਾ ਪਿਸਟਲ, ਇੱਕ ਬੱਤੀ ਬੋਰ ਦਾ ਰਿਵਾਲਵਰ, ਇੱਕ 315 ਬੋਰ ਦਾ ਜਿਹੜਾ ਦੇਸੀ ਕੱਟਾ, 12 ਬੋਰ ਦੀ ਡਬਲ ਬੈਰਲ, ਇੱਕ 315 ਬੋਰ ਰਾਈਫਲ ਜਿਹੜੀ ਹੈਗੀ ਆ ਇਹ, ਅਤੇ ਨਾਲ ਕਾਫ਼ੀ ਜਿਹੜੇ ਲਾਈਵ ਕਾਰਟ੍ਰਿਜਿਸ ਉਹ ਬਰਾਮਦ ਹੋਏ ਹਨ। ਇਹ ਕਾਫ਼ੀ ਵਧੀਆ ਇੱਕ ਜਿਹੜਾ ਸਾਡੇ ਸੀਏ ਸਟਾਫ ਵੱਲੋਂ ਜਿਹੜੇ ਕੰਮ ਕੀਤਾ ਗਿਆ ਫੜੇ ਗਏ ਨੇ।